ਸਿਖਰ ਦੁਪਹਿਰਾ ਹੋ ਗਿਆ ਹਲੇ ਤੱਕ ਨਹੀਂ ਆਇਆ ਮੈਂ ਤਾਂ ਸਾਰੇ ਘਰ ਦੇ ਕੰਮ ਵੀ ਨਿਬੇੜਤੇ ਆ ਜੇ ਆ ਜਾਂਦਾ ਦੋ ਰੋਟੀਆਂ ਡੱਫ ਲੈਂਦਾ ਮੈਂ ਵੀ ਖਵਾ ਕੇ ਪਰਾਂ 2 ਘੰਟੇ ਸੌ ਜਾਂਦੀ ਮੈਨੂੰ ਤਾਂ ਨਹੀਂ ਲੱਗਦਾ ਜਾਊਗਾ ਸਾਰਾ ਸਿਖਰ ਦੁਪਹਿਰਾ ਸਿਰ ਉੱਤੋਂ ਹੀ ਟੱਪੂਗਾ ਲੈ ਲੱਗਦਾ ਉਹ ਆ ਗਿਆ ਨਾ ਜੇਨੀ ਲੇਟ ਹੋ ਗਏ ਤੁਸੀਂ ਉਹ ਮੈਂ ਤਾਂ ਖੇਤ ਭੱਗ ਗਿਆ ਜੀ ਅੱਛਾ ਹਾਂ ਮੈਂ ਬਹੁਤ ਰਮਾ ਦਿੰਦੇ ਆ ਫਿਰ ਰਮਾਏ ਉਹ ਮੈਂ ਕਿੱਥੇ ਰਮਾਉਣਾ ਤੈਨੂੰ ਪਤਾ ਮੈਂ ਕਿੱਥੇ ਕੰਮ ਕਰਕੇ ਰਾਜੀ ਆ ਮੈਂ ਤਾਂ ਛੜੇ ਨੂੰ ਫਸਾਇਆ ਆ ਸੱਚੀ ਲੈ ਬੜਾ ਚੰਗਾ ਹੋਇਆ ਫਿਰ ਤਾਂ ਹਾਂ ਆਪੀ ਖਪੀ ਜਾਊਗਾ ਕੱਲਾ ਕੰਮ ਕਰੀ ਜਾਊਗਾ ਚੱਲ ਕੋਈ ਨਹੀਂ ਛੱਡੋ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ ਦੇਖ ਲੈ ਸਰ ਜੂਗਾ ਕਿੱਥੇ ਸਰਦਾ ਹੈ ਥੋੜੀ ਨਹੀਂ ਮਜ਼ਾਕ ਕਰਨ ਦੀ ਆਦਤ ਜਾਂਦੀ ਚਲੋ ਮੈਂ ਲੈ ਕੇ ਆਉਣੀ ਬਣਾ ਲੈ ਚੱਲ ਠੀਕ ਹੈ ਹੋ ਜਿਹੜੇ ਸਾਲੇ ਮਿੱਤਰਾਂ ਨੂੰ ਮਾੜਾ ਦੱਸਦੇ ਸਾਦੀਆਂ ਹੀ ਮੋਟਰਾਂ ਤੇ ਗਿਆ ਪਲਕੇ सरा करा गया तरसेम गल तो हैगी है बंदे में दम है कलम में अल्लाह भाई रोटी लेके आओ बू मैं मर जा देख छड़े नु नवी जवानी चढ़ी है किवें आंदा गाने गाउंदा इनु तो मैं खवाउनी है रोटियां सुक्कियां ना खवाइयां ना मेरा नाम भी प्रीतो नहीं बड़ा आया ਲੈ ਵੇ ਛੜਿਆ ਡਫਲਾ ਰੋਟੀ ਏ ਭਈਆ ਸੁੱਕੀ ਰੋਟੀ ਕਿਵੇਂ ਖਾਉ ਮੈਂ ਮੈਨੂੰ ਸਬਜੀ ਸੁਬਜੀ ਤੋਂ ਲਿਆ ਦੇ ਕੋਈ ਮੈਂ ਨਹੀਂ ਬਣਾਈ ਕੋਈ ਸਬਜੀ ਸੁਬਜੀ ਏ ਫਿਰ ਸਬਜੀ ਨਹੀਂ ਮੈਨੂੰ ਚਾਰ ਲਿਆ ਦੇ ਮੈਂ ਤਾਂ ਚਾਰ ਨਾਲੇ ਖਾ ਲੂਆ ਦੇਖ ਕਿਵੇਂ ਨਖਰੇ ਕਰਦਾ ਛੜਾ ਏ ਛੜਾ ਛੁੜਾ ਨਾ ਕਹੀ ਮੈਨੂੰ ਹੈਪੀ ਹੁਣ ਮੇਰੇ ਵਾਸਤੇ ਕੁੜੀ ਲੱਭਦੇ ਫਿਰ ਹਾਂ 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 ਬੜਾ ਤੇਰਾ ਡੋਲਾ ਆਈ ਜਾਂਦਾ ਕੋਈ ਨਾ ਜੇ ਇਹ ਬਾਤ ਹੈ ਨਾ ਫਿਰ ਲੈ ਫਿਰ ਤੇਰੀ ਰੋਟੀ ਮੈਂ ਵੀ ਨਹੀਂ ਖਾਂਦਾ ਤੇਰੀ ਹੱਕ ਪੈ ਦੀਵਾ ਬਾਲੂਆ ਹੁਣ ਮੈਂ ਜੇ ਨਾ ਵਾਲਿਆ ਨਾ ਮੇਰਾ ਵੀ ਨਾ ਮੱਗਰ ਨਹੀਂ ਆਇਆ ਵੱਡਾ ਮੱਗਰ ਨਾ ਖਾ यार डॉक्टर ट्राली मंगता सी ट्राली दवा के ना दवा ना देंदे नहीं यार पहला दी पहला पंप खराब करता और जीते हो रहा हाँ भाई वो थोड़े वाला छड़ा ब्याह कराने फिर जे उन्हें ब्याह करा लिया ना तेरी अद्धी जमीन गई ना उन्हें रोटी रुटी चाजन दे दिया करो ना सुगर जनानी नहीं मानती इन्नी बार समझाया मैं भी तो ख्याल रखा कर समझा लिया भाई समझा लिया नहीं तेरी जमीन गई है चल मैं घर जाके समझा भाई हाँ थक जानी है मैं तो सारा दिन काम कर कर दी पता नहीं कदों छड़े तो खेड़ा छुटूगा आ गए ਤੁਸੀਂ हां मैं आ गया चल मैं रोटी लेके आनी है ਤੁਹਾਡੇ ਵਾਸਤੇ मेरी गल सुना मेरे साले ਦੀ ਉਹਨੂੰ ਰੋਟੀ ਰਾਟੀ ਦੇ ਦਿਆ ਕਰ ਉਹ ਵਿਆਹ ਕਰਾਉਣ ਨੂੰ ਫਿਰਦਾ ਹੈ ਜੇ ਉਹਨੇ ਵਿਆਹ ਕਰਾ ਲਿਆ ਸਾਰੀ ਜ਼ਮੀਨ ਆਪਣੇ ਹੱਥੋਂ ਜਾਊਗੀ ਉਹ ਕਿਤੇ ਨਹੀਂ ਆਉਂਦਾ ਉਹਦਾ ਡੋਲਾ ਉਹ ਹੁੰਦਾ ਕਿਉਂ ਨਹੀਂ ਸਾਹ ਖੜਦਾ ਉਹਦੇ ਪਿੱਛੇ ਪਿੱਛੇ ਫਿਰਦੇ ਨੇ 5 ਕਿੱਲੇ ਬਾਹਨ ਆਉਂਦਾ ਉਹ ਤਾਂ ਮੈਂ ਨਹੀਂ ਹੋਣ ਦਿੰਦਾ ਜੇ ਉਹਦਾ ਰਿਸ਼ਤਾ ਹੋ ਗਿਆ ਆਪਣੇ ਮੁੰਡੇ ਦਾ ਰਿਸ਼ਤਾ ਨਹੀਂ ਹੋਣਾ ਉਹਦੀ ਜ਼ਮੀਨ ਤੇ ਰਿਸ਼ਤਾ ਹੋਊਗਾ ਆਪਣੇ ਮੁੰਡੇ ਨੂੰ ਅਕਲ ਨੂੰ ਹੱਥ ਮਾਰ ਅਕਲ ਨੂੰ ਲੰਮੀ ਸੋਚ ਲੰਮੀ ਹਾਏ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ ਕਦੇ ਜੇ ਉਹਨੇ ਵਿਆਹ ਕਰਾ ਲਿਆ ਆਪਾਂ ਤਾਂ ਜ਼ਮੀਨ ਪੱਟੇ ਜਾਵਾਂਗੇ ਚਲ ਤੁਸੀਂ ਟੈਨਸ਼ਨ ਨਾ ਲਓ ਹੁਣ ਮੈਂ ਉਹਦੀ ਫੁੱਲ ਸੇਵਾ ਕਰੂੰਗੀ ਹਾਂ ਉਹਨੂੰ ਪਿਆਰ ਨਾਲ ਰੱਖਿਆ ਉਹਦਾ ਪਿਆਰ ਦਾ ਭੁੱਖਾ ਹੈ ਸੋਚਿਆ ਤਾਂ ਮੈਂ ਵੀ ਕਈ ਵਾਰ ਸੀ ਪਰ ਮੈਂ ਤੁਹਾਡੇ ਤੋਂ ਡਰਦੀ ਸੀ ਮੈਥੋਂ ਡਰਨ ਦੀ ਕੋਈ ਲੋੜ ਨਹੀਂ ਤੈਨੂੰ ਖੁੱਲੀ ਛੁੱਟੀ ਹੈ ਮੇਰੇ ਵੱਲੋਂ ਕੋਈ ਨਾ ਹੁਣ ਤੁਸੀਂ ਦੇਖਦੇ ਜਾਓ ਮੈਂ ਕਿਵੇਂ ਜ਼ਮੀਨ ਨਾ ਕਰਵਾਉਣੀ ਆ ਹਾਂ ਐ ਠੀਕ ਹੈ ਜਾ ਹੁਣ ਤੂੰ ਰੋਟੀ ਲਿਆ ਚਲ ਠੀਕ ਹੈ ਆਗੀ ਜੀ ਤੁਸੀਂ ਹੈਂ ਅੱਜ ਕੇ ਚੱਕਰ ਹੋ ਗਏ ਆ ਕੀ ਹੋਇਆ ਨਾ ਜੀ ਜੀ ਕਿਤਰਾ ਕਰੀਏ ਤੈ ਉਹ ਸਭ ਛੱਡੋ ਮੈਂ ਤੁਹਾਡੇ ਵਾਸਤੇ ਨਾ ਗਰਮ ਗਰਮ ਰੋਟੀ ਲਾਨੀ ਆ ਤੁਸੀਂ ਏਸੀ ਵਾਲੇ ਕਮਰੇ 'ਚ ਬੈਠ ਕੇ ਖਾਈ ਏਸੀ ਹਾਂ ਮੈਂ ਏਸੀ ਵਿੱਚ ਹੋਰ ਇੰਨੀ ਤਾਂ ਗਰਮੀ ਆ ਬਾਹਰ ਅੱਛਾ ਜੀ ਕਮਾਲ ਹੋ ਗਿਆ ਨਾ ਕੇ ਚੱਕਰ ਹੋ ਗਿਆ ਜੇ ਤੈਨੂੰ ਪਹਿਲਾਂ ਚੱਕਰ ਦੱਸ ਮੈਨੂੰ ਚੱਕਰ ਚੁੱਕਰ ਤਾਂ ਕੁਝ ਨਹੀਂ ਹੁਣ ਨਾ ਮੈਨੂੰ ਅਕਲ ਜੀ ਆ ਗਈ ਅੱਗੇ ਤੋਂ ਮੈਂ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ ਫੁੱਲ ਸੇਵਾ ਕਰੂੰ ਤੁਹਾਡੀ ਦੇਖ ਲੈ ਇਹ ਛੜਾ ਬਿਮਾਰ ਹੋ ਜੇ ਕੋਈ ਨਹੀਂ ਪੁੱਛਦਾ ਅਰੇ ਕੁਝ ਨਹੀਂ ਹੁੰਦਾ ਆਜੋ ਆਜੋ ਮੈਂ ਤੁਹਾਨੂੰ ਗਰਮ ਗਰਮ ਰੋਟੀਆਂ ਖਵਾਦੀਆਂ ਲਓ ਜੀ ਪਾਣੀ ਪਾਣੀ ਤਾਂ ਮੈਂ ਪੀ ਰਿਹਾ ਨਾ ਛੜਾ ਹੁਣ ਖੁਸ਼ ਹੈ ਛੜਾ ਤਾਂ ਪੂਰਾ ਖੁਸ਼ ਹੈ ਪੂਰਾ ਬੱਸ ਚ ਕਰ ਰੱਖਿਆ ਮੈਂ ਤੁਸੀਂ ਟੈਨਸ਼ਨ ਨਾ ਲਓ ਉਹਨੂੰ 5-4 ਦਿਨ ਹਫਤਾ ਹੋਰ ਵੜਿਆ ਕੇ ਰੱਖ ਮੈਂ ਜ਼ਮੀਨ ਦੇ ਪੇਪਰ ਤਿਆਰ ਕਰਾ ਲਾਂ ਗੂਠਾ ਲਵਾ ਲਈ ਗੂਠਾ ਇਹ ਤਾਂ ਮੇਰਾ 2 ਮਿੰਟ ਦਾ ਕੰਮ ਹੈ ਤੁਸੀਂ ਬਸ ਪੇਪਰ ਤਿਆਰ ਕਰਾਓ ਚਲ ਮੈਂ ਸ਼ਹਿਰ ਚੱਲਿਆ ਜੇ ਤੈਨੂੰ ਕੋਈ ਚੀਜ਼ ਦੀ ਲੋੜ ਹੈ ਮੈਨੂੰ ਦੱਸ ਦੇ ਮੈਂ ਲਿਆਉਂਗਾ ਮੈਨੂੰ ਕੋਈ ਚੀਜ਼ ਦੀ ਲੋੜ ਨਹੀਂ ਬਸ ਤੁਸੀਂ ਫਟਾਫਟ ਕਾਗਜ਼ ਤਿਆਰ ਕਰਾ ਲਓ ਚਲੋ ਠੀਕ ਹੈ ਉਹ ਗੱਲ ਸੁਣ ਜਿੱਤੇ ਹਾਂ ਭਾਈ ਹੈਪੀ ਆ ਬੜਾ ਆ ਗਿਆ ਭਾਈ ਤੁਹਾਡਾ ਭਾਈ ਯਾਰ 600 ਜੁਲਟ ਦਾ ਮਾਫ ਹੈ 0 ਆਇਆ ਹੋਣਾ ਪਾੜ ਦੇ ਬਰਾ ਸਾਲੇ ਦੇ ਨੂੰ ਆਹੋ ਆਹੋ ਆਇਆ ਹੋਣਾ 600 1000 ਜੁਲਟ ਮੱਚ ਗਈ 12000 ਬਿਲ ਦਾ ਹੋ ਗਿਆ ਮੇਰੇ ਸਾਲੇ ਦੀ ਸਾਰਾ ਦਿਨ ਤਾਂ ਏਸੀ ਰਾਈ ਰੱਖਦੇ 1 ਮਿੰਟ ਦੀ ਉਹਨੂੰ ਬੰਦ ਕਰਦੀ ਮੈਂ ਕਰਦਾ ਗੱਲ ਧੰਨਵਾਦ ਭਾਈ ਤੇਰਾ ਕਰ ਲੈ ਹੁਣ ਤਾਂ ਕੀ ਬਣਦਾ ਠੀਕ ਆਗੇ ਤੁਸੀਂ ਆ ਗਿਆ ਮੇਰੇ ਸਾਲੇ ਦੀ 12000 ਦੇ ਬਿੱਲ ਦਾ ਆ ਗਿਆ ਸਾਰਾ ਦਿਨ ਏਸੀ ਲਾਈ ਰੱਖਦੀ ਐ ਓਹੋ ਬਿੱਲ ਨੂੰ ਛੱਡੋ ਤੁਸੀਂ ਪੇਪਰ ਬਣਵਾਏ ਕਿ ਨਹੀਂ ਪੇਪਰ ਤਾਂ ਬਣਾ ਲੈਂਦੇ ਆਦਾ ਮੇਰੀ ਜ਼ਿੰਮੇਵਾਰੀ ਹੁਣ ਤੇਰੀ ਜ਼ਿੰਮੇਵਾਰੀ ਐ ਗੁੱਠਾ ਲਵਾਣਾ ਤੂੰ ਟੈਨਸ਼ਨ ਨਾ ਲੈ ਪੇਪਰਾਂ ਤੇ ਗੁੱਠਾ ਤਾਂ ਮੈਂ ਆਪ ਹੀ ਲਵਾ ਲੂੰ ਨਾਲੇ 12000 ਹੀ ਆਇਆ ਅੱਗੇ ਜੇ 24 ਵੀ ਆਉਂਦਾ ਤਾਂ ਵੀ ਭਰ ਦਾਂਗੇ ਹੁੰਦਾ ਛੜੇ ਦੀ ਜ਼ਮੀਨ ਆਪਣੇ ਹੱਥ ਲੱਗ ਗਈ ਹਾਂ ਇਹ ਤਾਂ ਠੀਕ ਐ ਚਲੋ ਕੋਈ ਨਾ ਹੁਣ ਮੈਂ ਚਾਹ ਬਣਾ ਕੇ ਲਿਆਉਣੀ ਐ ਤੁਹਾਡੇ ਵਾਸਤੇ ਠੀਕ ਐ ਆ ਯਾਰ ਇੱਕ ਹੋਰ ਪਾ ਦਿਆ ਤਰਸੇਮ ਨੇ ਪੋਸਟਰ ਈਬਣੀ ਅਰਦੇ ਮੁੰਡੇ ਪਿੱਛੇ ਈਬ ਤੋਂ ਕਰਾਂਗੇ ਕੁਛ ਨਾ ਕੁਛ ਕਰਾਂਗੇ ਪਿੰਡਗਾਨਾ ਰੋਸ ਨਾ
ਤੁਸੀਂ ਗਾਣੇ ਗੂਣੇ ਛੱਡੋ, ਆ ਲੋ ਰੋਟੀ ਖਾਓ। ਲੈ ਉਰੇ ਬਹਿ ਜਾ ਫਿਰ, ਆ ਜਾ ਖਾ ਲਿਆ ਰੋਟੀ ਤਾਂ ਕੋਈ ਨਾ। ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਹਾਂ ਬਾਈ ਦੱਸ। ਤੁਹਾਨੂੰ ਪਤਾ ਹੁਣ ਮੈਂ ਤਾਂ ਤੁਹਾਡੀ ਹਾਂ ਹਨਾ, ਤੇ ਤੁਸੀਂ ਆ ਜ਼ਮੀਨ ਕੀ ਕਰਨੀ ਹੈ? ਜੇ ਤੁਸੀਂ ਉਹ ਜ਼ਮੀਨ ਵੀ ਮੇਰੇ ਨਾਂ ਕਰਾ ਦੋ ਨਾਲੇ ਸੁਰੱਖਿਆ ਰਹੂਗੀ ਉਹਦੀ। ਅੱਛਾ ਹਾਂ, ਚੱਲ ਫਿਰ ਐਂ ਕਰ ਲੈ ਬਾਈ ਜਿਵੇਂ ਤੈਨੂੰ ਠੀਕ ਲੱਗੇ। ਹਾਂ ਮੈਂ ਕਾਗਜ਼ ਲੈ ਕੇ ਆਈ ਹਾਂ, ਲਾਓ ਤੁਸੀਂ ਅੰਗੂਠਾ ਇਹਦੇ ਤੇ। ਅੰਗੂਠਾ ਅੰਗੂਠਾ ਗੱਠਾ ਨਹੀਂ ਮੈਂ ਲੈਂਦਾ, ਮੈਂ ਤਾਂ ਸਾਈਨ ਕਰੂੰਗਾ ਸਾਈਨ। ਹੈ ਤੁਹਾਨੂੰ ਆਉਂਦੇ ਸਾਈਨ ਕਰਨੇ? ਹੋਰ ਮੈਂ ਪਹਿਲੀ ਕੱਚੀ ਤੱਕ ਪੜਿਆ ਹਾਂ। ਚੱਲ ਕੋਈ ਨਹੀਂ, ਮੈਂ ਪੈਨ ਵੀ ਲੈ ਕੇ ਆਈ ਹਾਂ। ਲੈ ਦੱਸ ਫਿਰ ਇਕੱਠੇ ਕਰਨੇ ਆ ਸਾਈਨ। ਫੜੋ ਇੱਥੇ, ਲੈ ਚੱਕ ਇੱਕ ਇੱਥੇ ਕਰ ਦੋ ਬਸ। ਲੈ ਚੱਕ, ਖੁਸ਼ ਹੈ? ਹਾਂ ਹਾਂ ਬਹੁਤ ਖੁਸ਼ ਹਾਂ। ਚੱਲ ਠੀਕ ਹੈ, ਰੋਟੀ ਮਾਨ। ਠੀਕ ਹੈ ਠੀਕ ਹੈ। ਕਰਨਾ ਕੀ ਯਾਰ, ਕਬਾੜ ਜਿਹਾ ਪਿਆ ਸੀ, ਇਕੱਠਾ ਕਰਕੇ ਪਹਿਲਾਂ ਵੇਚ ਦਾਂਗੇ। ਮਹਾ ਆਹ ਕਬਾੜ ਨੂੰ ਛੱਡੋ, ਮੇਰੀ ਗੱਲ ਸੁਣੋ, ਆਹ ਦੇਖੋ। ਆ ਤਾਂ ਬੜਾ ਵਧੀਆ ਕਰਿਆ ਯਾਰ, ਮੈਂ ਛੜੇ ਤਾਂ ਸਾਈਨ ਕਰਾ ਲੇ। ਆ ਤਾਂ ਬੜਾ ਵਧੀਆ ਕਰਿਆ, ਬਾ ਵਿਸ਼ਾਲ ਕੱਲ ਹੀ ਕਰਾ ਲੇ ਸੀ ਸਾਈਨ ਤਾਂ ਮੈਂ। ਬਸ ਫਿਰ ਬੜਾ ਵਧੀਆ ਕੰਮ ਕਰਿਆ ਤਾਂ ਮੈਂ। ਤੁਸੀਂ ਇਹ ਸਭ ਛੱਡੋ, ਮੈਨੂੰ ਐਂ ਦੱਸੋ ਹੁਣ ਉਹਦਾ ਅੱਗੇ ਕਰਨਾ ਕੀ ਹੈ? ਉਹ ਜੁਗਤਾ ਮੈਂ ਬਣਾ ਰੱਖੀ ਹੈ, ਤੂੰ ਕੰਮ ਕਰ, ਮੈਂ ਤੇਰੀ ਗੱਲ ਦੱਸਦਾ। ਠੀਕ ਹੈ। ਹਾਂਜੀ ਲੈ ਮੈਂ ਸ਼ਹਿਰ ਚੱਲਿਆ। ਜੀਤਾ ਤਾਂ ਸ਼ਹਿਰ ਗਿਆ। ਹਾਂ ਤੁਸੀਂ ਆ ਜਾਓ ਅੰਦਰ, ਏਸੀ ਵਾਲੇ ਕਮਰੇ ਚ ਬਹਿ ਜਾਓ, ਇੱਥੇ ਗਰਮੀ ਚ ਕਿਉਂ ਬੈਠੇ ਹੋ? ਅੱਛਾ ਹੋਰ ਆ ਜਾਓ। ਠੀਕ ਹੈ ਫਿਰ ਆ ਜਾਓ। ਸਵਾਦ ਹੁਣ ਖਾ ਲਿਆ ਗਰਮ ਗਰਮ ਰੋਟੀਆਂ। ਹਾਂ ਹੁਣ ਲੱਗ ਗਿਆ ਮੈਨੂੰ ਪਤਾ ਵੀ ਤਾਂ ਗਿਰ ਜੋਗੇ ਜ਼ਮੀਨ ਪੀ। ਲੱਗ ਗਿਆ ਤੈਨੂੰ ਪਤਾ ਹੁਣ, ਜਾ ਮਰ ਪਰਾ। ਚੱਕੀ ਪਿਸਣ ਤੀ ਹੈ, ਬੋਲੋ ਕੀ ਗੱਲ ਕਰਨੀ ਹੈ? ਗੱਲ ਸੁਣ, ਜੇ ਤੈਨੂੰ ਜ਼ਮੀਨ ਚਾਹੀਦੀ ਨਾ ਮੈਨੂੰ ਤਾਂ ਉਵੇਂ ਕਹਿ ਦਿੰਦਾ, ਮੈਂ ਉਵੇਂ ਨਾ ਕਰਾ ਦਿੰਦਾ ਤੇਰੇ। ਐਡਾ ਬੜਾ ਖੇਡ ਰਚਣ ਕੀ ਲੋੜ ਤੀ ਤੈਨੂੰ? ਯਾਦ ਕਰ ਲੇ ਇੱਕ ਦਿਨ ਦਾ ਟੋਬੇ ਮੈਂ ਡੁੱਬ ਗਿਆ ਤਾ ਤੇਰੇ, ਮੈਂ ਮਗਰੇ ਛਾਲ ਮਾਰੀ ਤੀ, ਨਾਲੇ ਮੈਨੂੰ ਤੈਰਨਾ ਵੀ ਨਹੀਂ ਆਵੇ ਦਾ। ਓਹੋ ਇੰਸਪੈਕਟਰ ਸਾਹਿਬ, ਤੁਸੀਂ ਇਹਨਾਂ ਦੀ ਕੀ ਗੱਲ ਸੁਣੀ ਜਾਂਦੇ ਹੋ? ਲੈ ਕੇ ਜਾਓ ਇਹਨਾਂ ਨੂੰ। ਚੱਲ ਵੀ ਕਾਕਾ, ਬੰਦਾ ਤਾਂ ਤੂੰ ਮੈਨੂੰ ਸੱਚਾ ਲੱਗਦਾ, ਪਰ ਕੀ ਕਰਾਂ, ਸਾਰੇ ਸਬੂਤ ਹੀ ਤੇਰੇ ਖਿਲਾਫ ਹੈ। ਚੱਲ ਠਾਣੇ। ਸ਼ੁਕਰ ਹੈ ਜੀ, ਖਿਹੜਾ ਛੁੱਟਿਆ ਤੋਂ। ਇਹ ਤਾਂ ਉਹੀ ਗੱਲ ਹੋ ਗਈ, ਇਹਨਾਂ ਸੱਪ ਮਰ ਗਿਆ ਨਾ, ਛੁੱਟੀ ਰਹਿ ਗਈ। ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰ ਪਿਆਰਿਓ, ਮਿੱਤਰ ਪਿਆਰਿਓ, ਇਹ ਵੀਡੀਓ ਬਣਾਉਣ ਦਾ ਸਾਡਾ ਸਿਰਫ ਇਹੀ ਮਕਸਦ ਸੀ ਮਿੱਤਰ ਪਿਆਰਿਓ, ਕਿ ਜ਼ਮੀਨਾਂ ਭਾਈਆਂ ਤੋਂ ਵੱਧ ਕੇ ਨਹੀਂ ਹੁੰਦੀਆਂ, ਭਾਈ ਰਲ ਕੇ ਜਿੰਨੀਆਂ ਮਰਜ਼ੀ ਜ਼ਮੀਨਾਂ ਬਣਾ ਲੈਣ ਮਿੱਤਰ ਪਿਆਰਿਓ, ਪਰ ਜ਼ਮੀਨ ਕਦੇ ਵੀ ਭਾਈ ਨਹੀਂ ਬਣਾ ਸਕਦੀ। ਇਹ ਗੱਲ ਆਪਾਂ ਨੂੰ ਸਮਝਣੀ ਪਊਗੀ ਮਿੱਤਰ ਪਿਆਰਿਓ। ਧੰਨਵਾਦ।